ਭੈਣੋ ਅਤੇ ਭਰਾਵੋ ਜ਼ਿੰਦਗੀ ਵਿੱਚ ਦੁੱਖਾਂ ਤੇ ਪਰੇਸ਼ਾਨੀਆਂ ਦਾ ਤਾਂ ਕੋਈ ਅੰਤ ਹੀ ਨਹੀਂ। ਜ਼ਿੰਦਗੀ ਦੇ ਹਰ ਮੋੜ ਤੇ ਦੁੱਖ ਹੈ। ਇੱਕ ਮਿੰਟ ਮੋੜ ਤੱਕ ਪਹੁੰਚ ਤਾਂ ਜਾਓ, ਮੋੜ ਤੱਕ ਤੁਹਾਡੇ ਤੋਂ ਪਹੁੰਚੇ ਨਹੀਂ ਜਾਣਾ ਕਿਉਂਕਿ ਟ੍ਰੈਫਿਕ ਬਹੁਤ ਹੈ। ਤੇ ਜੇ ਤੁਸੀਂ ਮੁਸ਼ਕਿਲਾਂ ਦਾ ਸਾਹਮਣਾ ਕਰ ਕਰਕੇ ਕਿਸੇ ਤਰ੍ਹਾਂ ਔਖੇ ਸੌਖੇ ਪਹੁੰਚ ਕੇ ਮੋੜ ਲੱਭ ਵੀ ਲਿਆ ਤੇ ਮੋੜ ਵੀ ਗਏ, ਫਿਰ ਅੱਗੇ ਹੋਰ ਦੁੱਖ ਨੇ। ਯੂ ਵੋਂਟ ਫਾਈਂਡ ਦ ਸਪੇਸ ਫਾਰ ਪਾਰਕਿੰਗ, ਲੱਭਣੀ ਨਹੀਂ। ਸੋ ਦਿਸ ਹੋਲ ਗੇਮ ਆਫ ਲਾਈਫ ਇਫ ਯੂ ਆਸਕ ਮੀ ਇਜ਼ ਫੁੱਲ ਆਫ ਬਲੈਸਿੰਗਸ, ਬਟ ਜਿਹੜੇ ਥੋੜੇ ਬਹੁਤ ਦੁੱਖ ਨੇ ਉਹੀ ਦੁੱਖ ਨੇ, ਇਹੀ ਦੁੱਖ ਨੇ ਤੇ ਮੈਂ ਰੋਣੀ ਨਹੀਂ। ਸੋ ਆਈ ਬੀਨ ਆਨੈਸਟਲੀ ਆਬਜ਼ਰਵਿੰਗ ਵਿਦ ਅ ਵੈਰੀ ਹੈਵੀ ਹਾਰਟ ਕਿ ਉਹ ਕੋਈ ਵੀ ਰੋਡ ਨਹੀਂ ਜਿਹਦੇ ਸੈਂਟਰ 'ਚ ਬੈਠੀ ਕੋਈ ਗਾਂ ਨਹੀਂ, ਆਨੈਸਟਲੀ ਪਾਰਕਿੰਗ ਨਹੀਂ ਕਿਤੇ ਵੀ ਥਾਂ ਨਹੀਂ, ਇਹੀ ਤਾਂ ਦੁੱਖ ਨੇ। ਬਹੁਤ ਵੱਡਾ ਮਸਲਾ ਹੈ। ਹੁਣ ਕੱਲ ਮੇਰੇ ਨਾਲ ਕੀ ਹੋਇਆ, ਮੈਂ ਕਿਤੇ ਜਾ ਰਹੀ ਸੀ ਤੇ ਗੱਡੀ ਪਾਰਕਿੰਗ ਵਿੱਚ ਲਗਾਉਣੀ ਸੀ, ਮੇਰੇ ਅੱਗੇ ਵੀ ਗੱਡੀ ਪਿੱਛੇ ਵੀ ਗੱਡੀ, ਮੈਨੂੰ ਲੱਗਿਆ ਕਿ ਮੈਂ ਲਗਾ ਲੈਣੀ ਆ। ਜਦੋਂ ਮੈਂ ਗੱਡੀ ਲਗਾਉਣ ਲੱਗੀ ਕਿਸੇ ਹੋਰ ਨੇ ਗੱਡੀ ਲਗਾਤੀ ਆ, ਅੱਗੇ ਗੱਡੀ ਪਿੱਛੇ ਗੱਡੀ, ਰਾਈਟ, ਪਾਰਕਿੰਗ ਚ ਲਗਾਉਣ ਨੂੰ ਜਗ੍ਹਾ ਨਹੀਂ। ਪਿੱਛੇ ਗੱਡੀ ਵਾਲਾ ਹਾਰਨ ਮਾਰ ਮਾਰ ਕੇ, ਹਾਰਨ ਮਾਰ ਮਾਰ ਕੇ ਮੈਨੂੰ ਕਵੇ ਕਿ ਰਸਤਾ ਦਿਓ, ਬਸ ਫਿਰ ਮੇਰੇ ਨਾਲ ਉਹੀ ਹੋ ਗਈ ਕਿ ਗੱਡੀ ਲਾਈ ਵੀ ਨਾ ਗਈ ਤੇ ਭਜਾਈ ਵੀ ਨਾ ਗਈ, ਹਾਰਨ ਮਾਰਦਾ ਜਹਾਨ ਮੈਨੂੰ ਸਾਰਾ।